समरे जल सारे पुछे बड़े नू भी टायर पाने चौं गुलियां आले पाए तिन्ना आले पाए करो यार जिदा जी तीन छे फ्लैश का फ्लैश में अपने दी यार पुछना है ओदा अपन ता पता ही है मैं उन्हें दसन लगा है सिद्धा आला चल आया कोई को नहीं मेनू हां हां लै असी आने देखण दे अपना मेरे दसो भी यार लगे ना केरी गल सुना कोई नहीं दस तू पूछना है मुंडिया नु हां सही कितने नाले हां लैट फ्लैश तो जगा लाओ फ्लैश अपने तेरे दी जगह नहीं दे यार फोन और सीधा ओ पिंदी लाइव आई ने बेसा बंद करो थोड़े चल दोबारा दस दोबारा पुछ यार एक बस एक आखी यार हां लागे आ फिर तू मैं कैमरा मेरे नाल कर कौन इधर कर भरावा आ दे इधर यार आ दसो भी आ तीन गुल्लियां ने सही आ केड़े चौं वाले ओ सही आ हां कमेंट करके दसो मड़े जा देखिए ही टायर काम कर देना सवेर नु कमल प्रीत जी फेर ज्वाइन किया किन्ना ने पवाए टायर किन्ना ने की पोने मम्मा आपा ही पोने चाइना सब कुछ चली जांदा तीन तीन ही ज्यादा है चार भी ओदा मुंडे ज्यादा लाइक करदे है चक चक तां थल्ले वाले कमेंट दे चार तीन तीन यार पता कि संजीव बोपर चार सिगिया सेंटर आलिया बरीक सिगिया सोहने ओ भी लगदे सी टायर तीन वाले अपने दिल हां जी महाराज जसाई भाई ने भी कहा तीन वाले नमी गुत्ती तिखी ले लो तीन गुलिया ग्यारह सोलह बीकेटी मैं इधर ही पूछा मुंडे ने कमेंट किया अंग्रेज भाई शेप दस कि अपने पूरे इंटेलिजेंट ने चाइना सब को चल एनु मूह करके ਬੈਰੀ ਗੱਡਰੀ ਕੋਈ ਨਹੀਂ ਹਾਂ ਹੋਰ ਪੁੱਛੋ
ਨਹੀਂ ਦੱਸ ਦਿੱਤਾ ਉਹਨਾਂ ਨੂੰ ਏਦਾਂ ਏਦਾਂ ਫਿੱਟ ਕਰਨ ਦਾ, ਉਹ ਹੁਣ ਲੱਗੇ ਆ ਸਫਾਈ ਸਫੂਈ ਕਰਦੇ ਆ, ਜਦੋਂ ਹੈਡ ਰੱਖਣਾ ਉਦੋਂ ਜਾਵਾਂਗੇ। ਚਲੋ ਹੁਣ ਉਧਰ ਕਰ ਲੋ, ਹੁਣ ਉਹ ਭਾਈ ਸ਼ੁਰੂ ਹੋ ਗਏ। ਦੱਸ ਬਿੰਦੀ, ਮੈਂ ਕਿਹਾ ਖਰੇ ਕੋਈ ਕੰਮ ਕਰਦਾ, ਤੂੰ ਤਾਂ ਲੈਟ ਫੜ ਕੇ ਖੜਾ। ਉਹ ਕਹਿੰਦਾ ਰੋਜ਼ ਆ ਤੂੰ ਲੈਟ ਫੜ। ਅੱਛਾ, ਮੈਂ ਕਿਹਾ ਜਾ ਤੂੰ ਗਰੀਸ ਲਿਆ ਤੇ ਗੈਸ ਤੇ ਲੈ ਆ ਜਾ। ਚੌਧਰੀ ਬਸ ਕਰੋ, ਓਦੀ ਹੱਥ ਲਾ ਲਾ, ਦੇਖੀ ਜਾਂਦਾ ਕੀ ਕਰਨਾ। ਦਾ ਇਧਰ ਹੀ ਆ, ਦੱਸ ਏਦਾਂ ਹੀ ਆ, ਇਹ ਵੀ ਗੱਲ ਸੀਕ੍ਰੇਟ ਹੈ। ਕੋਈ ਨੀ, ਇਹਦਾ ਇਹਦੇ ਵਿੱਚ ਕੀ ਆ ਪੁਆਇੰਟ, ਸਾਰਿਆਂ ਭਰਾਵਾਂ ਨੂੰ ਪਤਾ ਹੀ ਆ ਐਡੀਸ਼ਨ ਦਾ ਕੀ ਹੁੰਦਾ ਵਿੱਚ। ਮਾਮਾ ਜੀ ਇਦਾਂ ਪਤਾ ਹੁੰਦਾ ਹਰੇਕ ਨੂੰ ਤਾਂ, ਮੇਲੇ ਸਾਰੇ ਨਾਲ ਤੁਰਪਣ ਲਾਉਣ। ਪੇਸਟਰ ਤਾਂ ਸਾਰਿਆਂ ਸੇਮ ਹੀ ਹੁੰਦੀ ਆ, ਬਹੁਤ ਗੱਲ ਗਾਈ ਜਾਣੀ ਹੁੰਦੀ ਆ। ਪਿੰਦੀ ਦੇਖੋ ਸਾਫ ਕਰਦਾ ਬਦਲੀ ਪੱਟ ਹੁਣ ਲੱਗ ਪਈ ਜਿਥੇ ਝਾੜੂ ਮਾਰ ਦੇਣਾ, ਪੱਟੇ ਕੰਡਾੜਾ ਲਿਆ ਝਾੜੂ ਚ ਦਿੱਲੀ। ਚਾਹ ਵਾਲੇ ਵੀ ਕਹਿੰਦੇ ਸਾਡੀ ਤਰਪੈਲ ਮਾਜਰੀ ਆ ਕੱਲ ਨੂੰ। ਹਾਂਜੀ ਹਾਂਜੀ ਦੱਸੋ, ਪਰਫਾਰਮੈਂਸ ਐਨ ਪੂਰੀ ਆ। ਕੀ ਕਹਿੰਦੀ, ਕੋਈ ਗਲਤ ਕਮੈਂਟ ਤਾਂ ਨਹੀਂ ਆ ਗਿਆ ਕਿਤੇ? ਭਾਈ ਵੱਡਾ ਟ੍ਰੈਕਟਰ ਕਿੱਥੇ ਆ? ਇੱਧਰ ਲਿਆ ਭਰਾ ਦਿਖਾ। ਇਹ ਦਾ ਡੀਸ਼ਨ ਵੱਡਾ ਤਾਂ ਉਹ ਉਹ ਖੜਾ ਰੰਗੀਲੇ ਕੇ, ਓਏ ਉਹ ਵੀ ਵੱਡਾ ਹੀ ਆ ਘੋੜਾ, ਦੇਖ ਕਿੱਡਾ ਵੱਡਾ, ਵੱਡਾ ਦਿਖਾ ਦਈਏ ਵੱਡਾ। ਇਹ ਅਗਲੇ ਪਿੰਡ ਜਾ ਕੇ ਰੁਕਦਾ ਜਦੋਂ ਬ੍ਰੇਕ ਕਿਤੇ ਮਰੀ ਹੋਵੇ। ਸੀਕ੍ਰੇਟ ਗੱਲਾਂ ਕਰਦੇ ਸੀਕ੍ਰੇਟ। ਓਧਰ ਪਿੰਦੀ ਦਾ ਤੂੰ ਦਿਖਾ, ਰੰਗਾਂ ਤੇ ਬੰਦੀ ਨਹੀਂ ਡੁੱਲੀ ਦਾ ਹੁੰਦਾ, ਸੋਹਣੀ ਹੁੰਦੀ ਨਾ। ਜੈਲ ਵਾਲਾ ਚੱਕ ਕੇ ਲਿਆ, ਜੈਲ ਵਾਲੀ ਵਾਲਾ ਚੱਲ ਲੈ ਆ, ਹੈ ਨੀ ਆ ਹਈ ਆ ਜਿਹੜੀ ਫੋਟੋ ਬਣੀ ਹੋਈ ਨਹੀਂ ਡੱਬਾ ਬਾਬਾ ਜੀ ਪਹੁੰਚੋ ਪਿੰਡ ਵਾਲੇ, ਬਾਬਾ ਜੀ ਪੁੱਛੋ ਪਿੰਡ ਵਾਲੀ ਟਰਾਲੀ ਕਿੱਦਾਂ, ਕਿਹੜੀ ਪਿੰਡ ਵਾਲੀ ਕਿਹੜੀ ਟਰਾਲੀ? ਮਲਿਕ ਹਿੰਮਤਪੁਰੀ ਆ ਜੀ, ਦੱਸਿਓ ਉੱਪਰ ਕੀ ਕਮੈਂਟ ਕੀਤਾ ਮੁੰਡੇ ਨੇ। ਕੀ
ਸਤਵਿੰਦਰ ਭਾਈ ਸੰਗੀ ਜਾਂਦਾ ਕਹਿੰਦੇ ਆਹੋ ਭਰਾਵਾ ਜਿੰਨੀ ਉਮਰ ਹੋ ਗਈ ਜੇ ਬਣਦਾ ਸੰਗਣਾ ਮਲਿਕ ਹਿੰਮਤਪੁਰੀ ਆ ਬਾਬਾ ਜੀ ਪੁੱਛੋ ਪਿੰਡ ਵਾਲੀ ਟਰਾਲੀ ਕਿੱਦਾਂ ਕੀ ਮਤਲਬ ਯਾਰ ਮਾੜਾ ਜਿਹਾ ਦੱਸੀ ਗੁਰਚਰਨ ਨੂੰ ਪੁੱਛੋ ਗੁਰਚਰਨ ਜੀ ਦੱਸੋ ਪਿੰਡ ਵਾਲੀ ਟਰਾਲੀ ਕਿੱਦਾਂ ਮਤਲਬ ਕੀ ਉਹ ਬਾਬੇ ਇਹ ਗੱਲ ਲਾਈਵ ਚ ਨੀ ਚੱਲੂਗੀ ਓਦਾਂ ਮੇਰਾ ਭਰਾ ਕੋਈ ਨੀ ਇੱਥੇ ਆ ਕੇ ਟੱਕਰ ਲਓ ਬਾਬੇ ਦੁਕਾਨ ਤੇ ਹੀ ਆ ਬੱਲੇ ਆਪਣਾ ਬੰਗਲਾ ਵੀ ਆਇਆ ਅਮਰੀਕਾ ਤੋਂ ਲਾਈਵ ਬੱਲੇ ਓਏ ਬੰਗਲਿਆ ਹੈਗਾ ਆ ਜੇ ਜੇ ਸਮਰਾ ਇਹ ਭਰਾ ਆਪਣਾ ਅਮਰੀਕਾ ਪਹੁੰਚਿਆ ਮਹਾਰਾਜ ਦੀ ਕਿਰਪਾ ਹੋ ਪਿੰਦੀ ਡੌਨ ਦੇਖੋ ਜਗਵੀਰ ਜੀ ਦੇਖੋ ਮਿਹਰ ਕਰੇ ਕਦੀ ਇਹਦਾ ਪਜਾਮਾ ਚਿੱਟਾ ਹੁੰਦਾ ਉਹ ਜੇ ਕੰਮ ਕਹਿੰਦਾ ਤਾਂ ਚਿੱਟਾ ਪਜਾਮਾ ਹੁਣ ਕਹਿੰਦਾ ਚਿੱਟਾ ਫੋਨ ਆ ਹਾਂਜੀ ਤੂੰ ਉਧਰ ਹੀ ਮਾਰ ਮੈਨੂੰ ਕਹਿੰਦਾ ਕਹਿੰਦਾ ਗੱਲ ਸੁਣ ਮੇਰੀ ਨੀ ਇਹ ਮੈਂ ਨੀ ਲੈਣਾ ਕਹਿੰਦਾ ਇਹ ਤਾਂ ਮੈਨੂੰ ਨਾਲ ਲੈ ਜਾ ਸਾਲਾ ਹੁਣ ਕਹਿੰਦਾ ਹੁਣ ਹੁਣੇ ਗੱਡੀ ਚ ਉਤਰ ਦੇ ਕਹਿੰਦਾ ਮੈਨੂੰ ਨਾਲ ਲੈ ਜਾ ਮੈਂ ਨੀ ਲੈਣਾ ਇੱਥੇ ਮੈਂ ਤੈਨੂੰ ਪਤਾ ਹੀ ਆ ਮੈਂ ਕਿਹਾ ਚੁੱਪ ਕਰਕੇ ਤੁਰ ਪਾ ਕੀ ਪਤਾ ਕੀ ਕੱਲ ਵੀ ਇਹੀ ਹੈ ਇਹ ਟ੍ਰਿਕ ਓਏ ਟ੍ਰਿਕ ਮਾਰਿਆ ਸਾਲੇ ਨੇ ਟ੍ਰਿਕ ਮਾਰਿਆ ਰੰਗੀਲੇ ਵਾਂਗੂ ਹਾਂ ਨੇਲ ਵਾਂਗੂ ਮਾਰਿਆ ਟ੍ਰਿਕ ਸਹੀ ਆ ਯਾਰ ਹੋਲੈਂਡ ਦੇ ਕੀ ਪਾ ਦੋ ਉਹ ਫੂਕ ਫਾਕ ਮਾਰ ਦੋ ਇਹਦੇ ਉਹ ਕਰਤਾ ਸਾਗ ਯਾਰ ਚੰਗੀ ਤਾਂ ਬੇਤਵਾਰੀ ਆ ਓਏ ਉਦਾਂ ਸਾਲਿਆ ਮੈਂ ਕਿਹਾ ਹਵਾ ਬਾਜੀ ਮਾਰ ਦੋ ਜ਼ਰੂਰ ਜ਼ਰੂਰ ਭਾਈ ਕਰ ਦੋ ਵਟਸਐਪ ਤੇ ਮੈਸੇਜ ਕੀ ਗੱਲ ਗਿਲ ਚਾ ਰਹੇ ਮੁੜ ਕੇ ਹੋਰ ਬੰਦਾ ਕਿੱਦਾਂ ਵਧੀਆ ਜੀ ਵਧੀਆ ਤਵੀਆਂ ਤੇ ਮੜਾ ਸੈੱਟ ਜੇ ਕਰ ਦੀਏ ਕੀ ਚਾਹੀਦਾ ਦੱਸੋ ਕੋਸ਼ਿਸ਼ ਤਾਂ ਪੂਰੀ ਆ ਵੀਰ ਕੱਲ ਨੂੰ ਆਉਣ ਦੀ ਬਾਕੀ ਦੇਖਦੇ ਆ ਕਿੰਨਾ ਕੁ ਹਿੰਮਤ ਮਾਰਦੇ ਰਾਤ ਨੂੰ 12-1 ਵਜੇ ਤੱਕ ਵੀ ਹੋ ਗਿਆ ਫਿੱਟ ਫੇਰ ਵੀ ਆਪਾਂ ਤੁਰ ਪੈਣਾ ਹਰੇਕ ਮੇਲੇ ਦੇ ਤਾਂ ਹੀ ਤਾਂ ਲੇਟ ਪਹੁੰਚੀ ਦਾ ਚੋਣ ਨਿਸ਼ਾਨ ਹੀ ਆਪਣਾ ਲੇਟ ਆ ਉਹ ਕਾਪੀ ਹੁਣ ਓਹਨੂੰ ਲੱਭੀ ਹੈ ਨਾ ਕਰਨ ਵਾਲੇ ਤਾਂ ਕਿਸੇ ਨੇ ਪਹੁੰਚਾਈ ਆ ਉਹ ਮੈਂ ਨੀ ਕਹਿੰਦਾ ਬੰਦਾ ਗਲਤ ਆ ਹਾਂ ਓਹਨੇ ਥੋੜਾ ਹੁਣ ਆਪਾਂ ਰੁਕ ਲੈ ਲਿਖੀ ਸੀ ਗਾਣਾ ਤਗਲੇ ਨੇ ਲਿਖਿਆ ਸਾਰਾ ਉਹ ਤਗਲੇ ਦਾ ਹੀ ਬਣਦਾ ਬਾਬਾ ਕਿ ਬਿਲਕੁਲ ਬਾਬਾ ਵੀ ਯਾਰ ਗੁੱਸੇ ਜਿਹਾ ਇਸ ਟਾਈਮ ਜਵਾਬ ਨਹੀਂ ਦੇ ਰਿਹਾ ਰੋਕ ਜੋ ਯਾਰ ਇੱਕ ਮਿੰਟ ਬਾਬੇ ਕੁਛ ਵੀ ਉੱਚੀ ਬੋਲੀ ਨਾ ਉਹ ਨਾ ਮਾਰੀ ਉਹਨਾਂ ਤੇ ਦੂਜਾ ਵੀ ਟ੍ਰੈਕਟਰ ਦੇਖ ਲਓ ਇਹ ਵੀ ਵਿਚਾਰਾ ਖੁੱਲਾ ਹੀ ਪਿਆ ਹਜੇ ਉਚਾ ਬੱਲੇ ਉਧਰ ਉਹ ਬੱਲੇ ਉਧਰ ਮੈਂ ਇਦਾਂ ਹੀ ਗਿਆ ਉਹ ਮਾਮਾ ਨਾ ਮਾਰੋ ਇੱਥੇ ਉਹ ਨਾ ਮਾਰੋ ਇੱਥੇ ਉਹ ਇੱਥੇ ਨਾ ਮਾਰੋ ਨਹੀਂ ਨਹੀਂ ਇਹ ਵੇਲੇ ਵਾਲੇ ਕਹਿੰਦੇ ਪੇਟੀ ਵਾਲਾ ਦੇਖੋ ਕਿਹੜਾ ਓਏ ਪੇਟੀ ਵਾਲਾ ਚਲਾਉਣਾ ਪਹਿਲਾਂ
ਪੇਟੀ ਆ ਸਾਰਾ ਇੰਜਣ ਦਿਖਾ ਦਈ ਆ ਟਾਪੇ ਟੁੱਪੇ ਚੱਕੇ ਆ ਜਮਾ ਹੀ ਪੇਟੀ ਹੁਣ ਆਪਾਂ ਨਵੇਂ ਤੇ ਵੀ ਲਾਤੀ ਆ ਖਾਲਸਾ ਆਪਣਾ ਭਰਾ ਉਤੋਂ ਲਵਾਇਆ ਸਿਸਟਮ ਭਾਈ ਹੁਣਾਂ ਤੋਂ ਪੂਰਾ ਐਨ ਨਜ਼ਾਰਾ ਬਾਬਿਓ ਹੋਲੇ ਮਹੱਲੇ ਤੱਕ ਚਾਰ ਹੋਰ ਵੀ ਲਾਵਾਂਗੇ ਐਨ ਧੰਨ ਧੰਨ ਕਰਾਵਾਂਗੇ ਬੋਸ ਖਾਲਸੇ ਭਾਜੀ ਹੁਣੀ ਜਿੰਦਾਬਾਦ ਚਾਰ ਹੀ ਲਾਇਆ ਪੂਰਾ ਪਟਾਕਾ ਪੈਂਦਾ ਚਾਰ ਵੀ ਉੱਥੇ ਲਵਾ ਕੇ ਆਵਾਂਗੇ ਖਾਲਸੇ ਭਾਜੀ ਤੋਂ ਵੀਰ ਛੇ ਸਿਲੰਡਰ ਸ਼ੋ ਮੈਚ ਤੇ ਚੱਲੂ ਇੱਕ ਵਾਰ ਛੇ ਤਾਂ ਆਪਾਂ ਭਾਈ ਕੱਢ ਦਿੱਤਾ ਸੀ ਚਾਰ ਹੀ ਆਊ ਮਹਾਰਾਜ ਜੀ ਉਹ ਜਿਹੜਾ ਚਾਰ ਆਪਣਾ ਬੰਦ ਕੀਤਾ ਸੀ ਨਾ ਸਾਰੇ ਭਰਾਵਾਂ ਨੇ ਰਲ ਕੇ ਉਹ ਜਿਹੜਾ ਤੁਹਾਨੂੰ ਲੱਗਦਾ ਕਿ ਉਹ ਛੇ ਨਹੀਂ ਸੀ ਬੋਸ ਜੀ ਉਹ ਆਪਣਾ ਚਾਰ ਸਿਲੰਡਰ ਸੀ ਕਾਫੀ ਬੰਦਿਆਂ ਨੂੰ ਭੁਲੇਖਾ ਆ ਕਿ ਸ਼ਾਇਦ ਉਹ ਛੇ ਚਲਾਉਂਦੇ ਸੀ ਤਾਂ ਕਰਕੇ ਟਰੈਕਟਰ ਬੰਦ ਕੀਤਾ ਨਹੀਂ ਬਾਬਿਓ ਬਾਬੇ ਨਾਨਕ ਦੀ ਮਿਹਰ ਨਾਲ ਪਟਾਕੇ ਪੂਰੇ ਪਾਏ ਉਹਨੇ ਚਾਰ ਸਿਲੰਡਰ ਸੀ ਉਹ ਬੋਸ ਜੀ ਛੇ ਤਾਂ ਬਹੁਤ ਟਾਈਮ ਦਾ ਹੀ ਕੱਢਤਾ ਸੀ ਬਾਹਰ ਟਰੈਕਟਰ ਉਹੋ ਹੀ ਸੀਗਾ ਟਰੈਕਟਰ ਉਹਦਾ ਪਟੀਸ਼ਨ ਜੋ ਵੀ ਹੈ ਨਾ ਸੀਗੀ ਉਹ ਸੀਗੀ ਛੇ ਵਾਲੀ ਇੰਜਨ ਚਾਰ ਸਿਲੰਡਰ ਸੀਗਾ ਸੋ ਮਹਾਰਾਜ ਜੀ ਇਹ ਸਾਰਿਆਂ ਨੇ ਇਕੱਠੇ ਹੋ ਕੇ ਆਪਣਾ ਟਰੈਕਟਰ ਕਰਾਤਾ ਬੰਦ ਜਿੱਦਾਂ ਕਿ ਪੰਜਾਬੀ ਜੇ ਕਹਿ ਲਓਗੇ ਬੈਨ ਮਹਾਰਾਜ ਕਰਾਤਾ ਸੀ ਅੰਗਰੇਜ਼ੀ ਚ ਬੈਨ ਅੰਗਰੇਜ਼ੀ ਉਹ ਮਤਲਬ ਦੇਸੀ ਪੰਜਾਬੀ ਜੋ ਵੀ ਤਾਂ ਚੱਕਰ ਪੈ ਗਿਆ ਤਾਂ ਕਰਕੇ ਆਪਾਂ ਵਾਪਸੀ ਕੀਤੀ ਛੋਟਿਆਂ ਚ ਛੋਟਿਆਂ ਚ ਕਈ ਭਰਾ ਕਹੀ ਜਾਂਦੇ ਕਿ ਬਸ ਇਹ ਵੱਡੇ ਬੁੱਢੇ ਚਲਾਉਣ ਵਾਲੇ ਆ ਫੇਰ ਇਹਨਾਂ ਦੇ ਚੱਕਰ ਕਰਕੇ ਰੁਪਈਆ ਬਾਬਿਓ ਪੈਸੇ ਲਾਤਾ ਰੁਪਈਆ ਆਪਾਂ ਸਿੱਧਾ ਨਵੇਂ ਤੇ ਅੱਠ ਲੱਖ ਅੱਸੀ ਹਾਂ ਠੀਕ ਹੈ ਜੀ ਸਪੈਸ਼ਲ ਕਢਾਇਆ ਨਵਾਂ ਕਿ ਮੇਲਿਆਂ ਤੇ ਚਲਾਵਾਂਗੇ ਤਾਂ ਇੱਕ ਹਾਂ ਚਲੋ ਇੱਕ ਤਾਂ ਨਵੇਂ ਦਾ ਦੱਸਦੇ ਹਾਂ ਉਹ ਮਾੜੀ ਹਾਂ ਚਲੋ ਤਿੰਨ ਇੱਥੇ ਵੀ ਲਾਇਆ ਤਾਂ 3 ਲੱਖ ਰੁਪਈਆ ਬਾਬਿਓ ਤੁਸੀਂ ਕਹਿੰਦਾ ਪੈਸੇ ਦੱਸੀ ਜਾਂਦੇ ਫੁਕਰੀ ਮਾਰਦੇ ਉਦਾਂ ਸਵਾਲ ਲੈਨੇ ਭਰਾ ਤਾਨਾ 3-4 ਲੱਖ ਭਰਾਵੋ ਉੱਥੇ ਰਾਤਾ ਛੋਟੇ ਚਲਾਉਣ ਲਈ ਆਪਾਂ ਦੱਸਦੇ ਹਾਂ ਪਤਾ ਕਿੱਦਾਂ ਉਹ ਮੈਂ ਸਿਆਣੀ ਗੱਲ ਉਹ ਦੱਸਣ ਲੱਗਾ ਨਾਲੇ ਦਾਤੀ ਦੇ ਇੱਕ ਪਾਸੇ ਦਿੰਦੇ ਦੁਨੀਆਂ ਦੁਵੱਲੇ ਪਾਸੇ ਦਿੰਦੇ ਆ ਇਹਨੇ ਜੀਣ ਨੀ ਦਿੰਦੀ ਜਦੋਂ ਨਹੀਂ ਚੱਲਦਾ ਸੀ ਹਨਾ ਜਦੋਂ ਛੋਟਾ ਨਹੀਂ ਨੰਬਰ ਜਾਂਦਾ ਸੀ ਕਹਿੰਦੇ ਫੇਰ ਸਾਡੇ ਨਾਲ ਕਿੱਦਾਂ ਸਪੋਰਟ ਕਰਦੇ ਯਾਰ ਕੋਈ ਨੀ ਕਰੋ ਕੁਛ ਕਰੋ ਯਾਰ ਭੈਣ ਕੀ ਹੋ ਗਿਆ ਕਰੋ ਮਾੜਾ ਯਾਰ ਬੜੀ ਬੇਇੱਜ਼ਤੀ ਆ ਹੁਣ ਜੇ ਚੱਲਣ ਲੱਗੇ ਸਾਲੇ ਮੇਰੇ ਕਹਿੰਦੇ ਯਾਰ ਭੈਣ ਚੋ ਕਰ ਕੀ ਦਿੱਤਾ ਇਹਨਾਂ ਨੇ ਸਹੀ ਗੱਲ ਪਤਾ ਉਹ ਚਲੋ ਸਵਾਲ ਲੈਂਦੇ ਆ ਉਹ ਕਈਆਂ ਨੂੰ ਹਨਾ ਵਹਿਮ ਜਿਹਾ ਸੀਗਾ ਕਿ ਚਲੋ ਇਹ ਵੱਡੇ ਹੀ ਚਲਾਉਣ ਵਾਲੇ ਆ ਕਾਫੀ ਲੋਕ ਗੱਲਾਂ ਸਾਡੇ ਨਿੱਕੇ ਭਰਾ ਨੂੰ ਬਹੁਤ ਸੁਣਾਉਂਦੇ ਸੀ ਕਿ ਉਹ ਨਿੱਕੇ ਨੀ ਟਰੈਕਟਰ ਚਲਾ ਸਕਦੇ ਵੱਡੇ ਟਰੈਕਟਰ ਹੀ ਚਲਾ ਸਕਦੇ ਆ ਵੱਡੇ ਗੈਸਾਂ ਗੂਸਾਂ ਲਾ ਕੇ ਉਹ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਹੀ ਭਰਾਵਾ ਨਿਮਰਤਾ ਨਾਲ ਮਹਾਰਾਜ ਮਿਹਰ ਰੱਖੇ ਸੱਚੇ ਪਾਤਸ਼ਾਹ ਮਿਹਰ ਕਰੇ ਤਾਂ ਆਪਾਂ ਮਹਾਰਾਜ ਚਲੋ ਮਹਾਰਾਜ ਹੀ ਕਰਾਉਣ ਵਾਲਾ ਭਰਾਵਾ ਸੈੱਟ ਬਾਬੇ ਨਾਨਕ ਨੇ ਕੀਤੇ ਆ ਹੌਲੀ ਹੌਲੀ ਹਾਲੇ ਤਾਂ ਇਹ ਨਾਲੇ ਨਾ ਬਹੁਤ ਸਾਰੇ ਜਣੇ ਸੁਣਦੇ ਆ ਇਹ ਹਾਲੇ ਟਰਾਇਲ ਹੀ ਚੱਲਦੇ ਆ ਬਹੁਤ ਇਹਨਾਂ ਦੇ ਨਾ ਹਾਲੇ ਪੂਰਾ ਮੇਲੇ ਤੋਂ ਆ ਕੇ ਖੋਲ ਲਈਦੇ ਆ ਹਾਂ ਸੈੱਟ ਨੇ ਗਏ ਸਹੀ ਗੱਲ ਆਪਣੇ ਹੀਰਾ ਭਾਜੀ ਮੇਨ ਆਪਣੇ ਹੈਡ ਉਹ ਆਪਣਾ ਹੀਰਾ ਭਾਜੀ ਆ ਜਾਨ ਪਾਉਣ ਵਾਲਾ ਬਿਲਕੁਲ ਪਰਲੀ ਸਾਈਡ ਰੱਖਿਆ ਬਾਕੀ ਹਨਾ ਹੌਲੀ ਹੌਲੀ ਸੈੱਟ ਹੁੰਦੇ ਆ ਹੌਲੀ ਹੌਲੀ ਸੈਟਿੰਗ ਲੈਣ ਤੇ ਆਏ ਆ ਕੋਈ ਗੱਲ ਨੀ ਮਿਹਨਤ ਕਰਨੀ ਪੈਂਦੀ ਬਹੁਤ ਆਪ ਨਾਲ ਸਾਰੇ ਭਰਾ ਆਪਣੇ ਹਨਾ ਫੇਰ ਜਾ ਕੇ ਬਾਬੇ ਨਾਨਕ ਦੀ ਕਿਰਪਾ ਹੋਈ ਆ ਬਹੁਤ ਮਿਹਨਤ ਠੋਕੀ ਬਾਬੇ ਮੁਰੇ ਫੇਰ ਜਾ ਕੇ ਹਨਾ ਕਿਰਪਾ ਹੋਈ ਕਹਿੰਦਾ ਨਹੀਂ ਵੀ ਕੇਸ ਚੱਕਣਾ ਹੀ ਪੈਣਾ ਇਹਨਾਂ ਦਾ ਇਹ ਮੁੰਡੇ ਬਾਹਲੇ ਜ਼ਿਆਦੀਆਂ ਅਪੀਲਾਂ ਕਰ ਰਹੇ
ਪਿੰਡੀ ਡਾਉਣ ਦਾ ਬਾਬਾ ਜੀ ਦੱਸੋ ਹੱਥ ਨੂੰ ਪਾ ਲਈਏ ਚੱਲ ਸਵਰੇ ਚੱਲ ਹੱਥ ਪਾ ਯਾਰ ਦੇਖਣ ਲੱਗ ਲੈਟ ਮਾਰ ਲੈਟ ਮਾਰ ਕਹਿੰਦੀ ਲੈ ਉਹ ਲੈਟ ਮਾਰ ਭਈ ਆਪਾਂ ਬਾਕਸੇ ਪਿੱਛੇ ਦੀਪ ਸਿੱਧੂ ਦੀ ਫੋਟੋ ਪਾਉਣੀ ਜਿਹੜੀ ਗਹਿਤੀ ਕੀ ਬਹਾਈਏ ਫਿਰ ਮਾੜਾ ਜਿਹਾ ਪੁੱਛ ਲੈਂਦੇ ਸਾਰੇ ਭਰਾਵਾਂ ਨੂੰ ਜਿੰਨੀ ਮਿਹਨਤ ਆਪਾਂ ਹਨਾ ਆਪਣਿਆਂ ਤੇ ਕਰਾਂਗੇ ਓਨੀ ਆਪਾਂ ਅੰਗਰੇਜ਼ ਭਾਈ ਹੋਣਾ ਵਾਲੇ ਦੇ ਕਰਨੀ ਆ ਕੀਤੀ ਵੀ ਆ ਤੇ ਅੱਗੇ ਵੀ ਅਸੀਂ ਲੋਕਾਂ ਦੇ ਟਰਬੋ ਲਾ ਲਾ ਪੈਸੇ ਨਹੀਂ ਮਿਸਤਰੀ ਆ ਨਾ ਹੀ ਸਾਡਾ ਮਿਸਤਰੀ ਆ ਤੁਹਾਨੂੰ ਲੱਗਦਾ ਕਿਹਦੇ ਪਾਸੇ ਮਿਸਤਰੀ ਮੂਸਤਰੀ ਵਾਲੀ ਕੋਈ ਗੱਲ ਹੀ ਨੀ ਸਾਡਾ ਭਰਾ ਆ ਨਾ ਆਪਾਂ ਬਾਬਿਓ ਟਰਬੋ ਟੁਰਬੋ ਵਾਲਾ ਸੀਨ ਕੋਈ ਕੁਛ ਨੀ ਯਾਰ ਹਨਾ ਗਲਤ ਨਾ ਹੀ ਲਿਖੋ ਯਾਰ ਗੱਲ ਕਰ ਦੇਣੀ ਦੀਦੀ ਟਰਬ ਦਾ ਮੁੰਡਾ ਦੱਸ ਅਮੀਨਾ ਭਰਾ ਮੇਰੇ ਦੌੜੀ ਜਾ ਕਰੋ ਵੀਡੀਓ ਦੇ ਲੋਕਾਂ ਦੀਆਂ ਸਾਰੇ ਠੋਕੀ ਜਾਂਦੇ ਆ ਬਚ ਕੇ ਰਹੋ ਆਪਣੇ ਲਾਗੇ ਕਿਤੇ ਮਿਸਤਰੀ ਸਲਾਹ ਲੈ ਲਿਆ ਕਰੋ ਭਰਾ ਮੇਰੇ ਠੀਕ ਆ ਭਾਜੀ ਰੇਸ ਲਈ ਟਰੈਕਟਰ ਤਿਆਰ ਕਰਾਉਣਾ ਕਰ ਦੂੰਗੇ ਸਲਾਹ ਦੇ ਦਾਂਗੇ ਭਾਜੀ ਯਾਰ ਤਿਆਰ ਤਾਂ ਭਰਾਵਾ ਆਪਾਂ ਕੀ ਕਰਾਉਣਾ ਬਾਕੀ ਆਪਾਂ ਆਪਣੇ ਮਿਸਤਰੀ ਨਾਲ ਗੱਲ ਕਰ ਲਾਂਗੇ ਆ ਜਾਇਓ ਤੁਸੀਂ ਜਿਹਨੇ ਕਰਾਉਣਾ ਬਿਲਕੁਲ ਕੋਈ ਚੱਕਰ ਨੀ ਗੱਲ ਪਰ ਯੱਕ ਵੀ ਚਾਚਾ ਜੀ ਕਿੱਦਾਂ ਚਾਚਾ ਜੀ ਆ ਦੇ ਵਧੀਆ ਵਧੀਆ ਓਕੇ ਰਿਪੋਰਟਾਂ ਜੱਗ ਵੀ ਸਿੱਟ ਹਾਂਜੀ ਹਾਂਜੀ ਮਿਲ ਗਈ ਸੀਡੀ ਦੀ ਸੈਟਿੰਗ ਵਾਲੀ ਵੀਡੀਓ ਕਿਹੜੀ ਉਹ ਭਾਜੀ ਹੁਣੀ ਖਾਲਸੇ ਦੇ ਮੁੰਡਾ ਲਾਦਾ ਦਿਲਪ੍ਰੀਤ ਹਾਂਜੀ ਭਾਜੀ ਹਾਂਜੀ 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 ਦਿਲਪ੍ਰੀਤ ਜੀ ਭਰਾ ਮੇਰੇ ਉਹ ਮਿਲ ਗਈ ਸੈਟਿੰਗ ਦੀ ਉਹ ਵੀਡੀਓ ਆ ਗਈ ਆ ਬਹੁਤ ਤੁਹਾਡਾ ਧੰਨਵਾਦ ਭਾਜੀ ਉਹ ਦੇਖ ਥੱਲੇ ਬਾ ਆ ਰਹੇ ਟੈਨਸ਼ਨ ਨਾ ਲਓ ਬਸ ਅੱਜ ਖੋਲਿਆ ਆ ਰਹੇ ਤੁਹਾਡੇ ਕੋਲ ਭਰਾ ਨਹੀਂ ਗੱਲ ਤਾਂ ਐਂਪ ਵੀ ਐਂਪ ਸੜ ਗਿਆ ਕਿ ਉਹ ਸੜ ਗਈ ਵਾ ਨਾ ਲਾਗੇ ਟ੍ਰੈਕਟਰ ਉਹਨੂੰ ਭੇਜ ਦਾ ਭਾਜੀ ਦੇ ਨਾਲੇ ਐਂਪ ਉਂਪ ਲਾ ਦਾਂਗੇ ਉੱਥੇ ਸਾਲਾ ਨਵਾਂ ਹੀ ਲਾ ਦਾਂਗੇ ਕੱਪੜਾ ਦੇ ਦੇਣਾ ਇਹ ਕੀ ਨਹੀਂ ਸਾਫ ਆ ਸਾਫ ਜੇ ਝੜ ਕੇ ਲੈ ਆਵਾਂਗੇ
ਵੀਆਈਪੀ ਟਰੈਕਟਰ ਮਹਿਕਮਾ ਯਾਰ ਸ਼ਾਹ ਜੀ ਜਾਣਾ ਕੱਲ੍ਹ ਵਾਲੇ ਮੇਲੇ 'ਤੇ ਕੋਸ਼ਿਸ਼ ਤਾਂ ਪੂਰੀ ਆ ਯਾਰ ਭਰਾ ਜਾਣ ਦੀ ਬਾਕੀ ਦੇਖਦੇ ਹਾਂ ਜੇ ਹੋ ਗਿਆ ਤਾਂ ਟਰੈਕਟਰ ਰੈਡੀ ਹੋ ਗਿਆ ਤਾਂ ਹਾਂਜੀ ਹਾਂਜੀ ਭਾਅ ਜੀ ਆਵਾਂਗੇ ਮੇਲੇ ਤੋਂ ਬਾਅਦ ਵਿੱਚ ਉੱਥੋਂ ਸਿੱਧੇ ਆ ਜਾਵਾਂਗੇ ਕਰਾ ਲਿਆਵਾਂਗੇ ਭਾਅ ਜੀ ਕਹਿੰਦਾ ਆ ਜਿਓ ਪੂਰੀ ਗੱਲਬਾਤ ਬਣਾ ਦਾਂਗੇ ਭਾਈ ਬਣਾਉਣੀ ਪੈਣੀ ਆ ਕੋਈ ਨੀ ਬਾਬਿਓ ਆਵਾਂਗੇ ਜ਼ਰੂਰ ਹਾਂਜੀ ਹਾਂਜੀ ਨਿਊ ਹੀ ਲਾਉਣਾ ਪੈਣਾ ਭਾਅ ਜੀ ਉਹ ਤਾਂ ਚੱਲਿਆ ਨੀ ਆਉਂਦੇ ਆਉਂਦੇ ਬੰਦ ਹੋ ਗਏ ਸਪੀਕਰ ਉਦਾਂ ਬੇਸਾਂ ਹੀ ਚੱਲੀ ਉਹਦੇ ਕਰਕੇ ਬੇਸ ਵੀ ਫੇਰ ਥੋੜੀ ਘੱਟ ਆ ਥੋੜੇ ਪਾੜਦੇ ਜੀ ਹਾਂ ਕਰੀ ਗੱਲ ਹੋਰ ਸੁਣਾਓ ਭਰਾ ਮੇਰੇ ਕਿੱਦਾਂ 27 ਨੂੰ ਵੀ ਮੇਲਾ ਆਇਆ ਤੇ 28 ਨੂੰ ਵੀ ਮੇਲਾ ਆਇਆ ਗੱਲ ਕਰ ਤੂੰ ਰੈਡੀ ਕਰਕੇ ਫੇਰ ਦੂਜੇ ਨੂੰ ਲੱਗਾਂਗੇ ਦੂਜੇ ਦਾ ਤਾਂ ਥੋੜਾ ਹੀ ਆ ਕੰਮ ਉਹਦਾ ਕਲੱਚ ਪਲੇਟ ਹੀ ਫਸਾਉਣੀ ਬਸ ਇਹਦਾ ਥੋੜਾ ਜਿਹਾ ਹੋਰ ਭਰਾ ਨਾਲੇ ਦੱਸੋ ਆਪਾਂ ਬਲੌਗ ਬਣਾਇਆ ਕਰਨੇ ਯਾਰ ਪਿੰਦੀ ਦੱਸ ਚੱਲ ਲੈ ਆ ਤੂੰ ਪਹਿਲਾਂ ਵੀਡੀਓ ਕਿੰਨੀਆਂ ਹੀ ਬਣਾਈਆਂ ਪਰ ਪਾਉਣ ਦਾ ਹੀ ਨਹੀਂ ਹਿਸਾਬ ਕਿਤਾਬ ਲੱਗਾ ਪਿੱਛੇ ਬਲੌਗ ਹੋਊਗਾ 71-72 ਵੀ ਜ਼ਰੂਰ ਹੋਊਗਾ ਵਿੱਚ ਕ੍ਰੈਕ ਮਹਿਕਮਾ ਦੇਖਾਂਗੇ ਜੇ ਤਾਂ ਪੈਂਦਾ ਹੋਇਆ ਪਾ ਦਾਂਗੇ ਹੈਂ ਬਸ ਅਫੀਸ਼ੀਅਲ ਫੂਸ਼ੀਅਲ ਕਿੰਨੇ ਰੱਖੇ ਯਾਰ ਬਾਬੇ ਕਿੱਥੇ ਰੱਖਿਆ ਉਹ 71-72 ਬਲੌਗ ਰੱਖ ਦਾਂਗੇ